ਅਸਲਾਮ ਵਾਲੇਕੁਮ ਬੇਲੀਓ, ਕੀ ਹਾਲ ਚਾਲ? ਖੈਰ ਖਰੀਅਤ ਨਾਲ ਲੱਗੇ, ਉਮੀਦ ਕਰਾਂਗਾ ਕਿ ਸਾਰੇ ਵੇਖਣ ਵਾਲੇ ਠੀਕ ਠਾਕ ਔਰ ਖਰੀਅਤ ਨਾਲ ਹੋਣਗੇ। ਦੋਸਤੋ, ਮੌਜੂਦ ਹੈਗੇ ਹਾਂ ਹਸਨ ਰਜ਼ਾ ਦੇ ਡੇਰੇ ਤੇ ਔਰ ਦੋ ਖੂਬਸੂਰਤ ਘੋੜੀਆਂ ਨੇ ਦੋਸਤਾਂ ਨੂੰ ਵਿਖਾਉਂਦੇ ਹਾਂ, ਡਿਟੇਲ ਸ਼ੇਅਰ ਕਰਨੇ ਹਾਂ। ਹਸਨ ਰਜ਼ਾ ਦਾ ਰਾਬਤਾ ਨੰਬਰ ਆਲਰੇਡੀ ਲੋਕਾਂ ਕੋਲ ਮੌਜੂਦ ਹੈ, ਮਜ਼ੀਦ ਵੀ ਸ਼ੇਅਰ ਕਰ ਦਿੰਦੇ ਹਾਂ। ਹੌਸ ਬੈਲੈਂਸ ਡਾਇਟ ਵਾਸਤੇ ਖਾਸ ਮਸਾਲਾ ਉਹ ਤਿਆਰ ਹੈ, ਉਹ ਜਿਸ ਦੋਸਤ ਨੂੰ ਚਾਹੀਦਾ ਵੀਡੀਓ ਦੇ ਸਟਾਰਟ ਦੇ ਵਿੱਚ ਮੇਰਾ ਨੰਬਰ ਚੱਲਦਾ ਪਿਆ, ਘੋੜੀਆਂ ਵਾਸਤੇ ਹਸਨ ਰਜ਼ਾ ਨਾਲ ਰਾਬਤਾ ਕਰ ਸਕਦੇ। ਹਾਂਜੀ ਦੋਸਤੋ, ਹਸਨ ਰਜ਼ਾ ਦੀ ਪਹਿਲੀ ਟੋਰੇ ਵਾਲੀ ਘੋੜੀ ਹੈ ਜੀ, ਮਾਸ਼ਾਅੱਲਾ। ਘੋੜੀ ਨੂੰ ਨਜ਼ਰ ਮਾਰ ਲਓ, ਖਾਨ ਕਨੌਤੀ ਨੂੰ ਨਜ਼ਰ ਮਾਰਨੀ ਹੈ ਘੋੜੀ ਦੀ, ਅੱਖਾਂ ਨੂੰ। ਹਸਨ ਰਜ਼ਾ ਇਹ ਸਾਈਡ ਤੇ ਆਉਂਗੀ ਜਰਾ, ਅੱਜ ਤਾਂ ਕੱਪੜੇ ਵੀ ਮੈਚਿੰਗ ਪਾਈ ਖਾਣਾ ਘੋੜੀ ਦੇ ਨਾਲ ਹੈ। ਹਾਂ, ਅੱਜ ਤਾਂ ਡਿਜ਼ਾਇਨ ਸਾਰੇ ਸੇਮ ਹੋਏ ਖਾ ਲੈਣਾ ਸਜਣਾ। ਘੋੜੀ ਦੇ ਸੁੰਬਾ ਨੂੰ ਨਜ਼ਰ ਮਾਰ ਲੈਣੀ ਹੈ, ਗਮਚੀਆਂ ਨੂੰ ਨਜ਼ਰ ਮਾਰ ਲੈਣੀ ਹੈ, ਜੋੜ ਮੁੱਠੇ ਪੁੱਠਾ ਘੋੜੀ ਦਾ। ਹਸਨ ਰਜ਼ਾ ਬੰਦਾ ਬਾਹ ਇਹਦੇ ਉੱਤੇ ਤੇ ਜ਼ਰਾ ਫੰਕਸ਼ਨ ਤੇ ਚੈੱਕ ਕਰਵਾ। ਅੱਛਾ, ਚਲੋ ਮਾਸ਼ਾ ਅੱਲਾ। ਕਦ ਕਰ ਲਈਏ ਪਹਿਲੇ? ਹਾਂ, ਪੈਰ ਲਾਇਆ ਹੋਇਆ ਨਾ ਕੁਝ ਬਾਜੀ, ਬਸ 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 ਐਵੇਂ 63 ਉੱਤੇ ਵੀ, ਲੇਕਿਨ 63 ਕਰ ਤੇ ਇਹਦੀ ਚੜੀ ਚੈੱਕ ਕਰਾਓ ਜੀ, ਚੜੀ ਚੈੱਕ ਕਰਵਾ ਦੇ। ਉਮਰ ਘੋੜੀ ਦੀ ਵੀ ਖਾਣੀ ਦਿਖਾ ਲਾ ਕੇ ਬਾਅਦ ਇਸ ਪਹਿਲੇ ਚੜੀ ਚੈੱਕ ਕਰਾ ਲਾਂ ਨਾ ਮੋੜ, ਬਾਕੀ ਫੰਕਸ਼ਨ ਬਾਅਦ ਇਸ ਆ ਫਾ। ਚਾਵਾ ਮੁਖਿਆ, ਮੈਂ ਆਖਿਆ ਸ਼ਾਇਦ ਹੋ ਸਕਦਾ ਡੇਢ ਪਲਾਕੀ ਮਾਰੇ ਪਰ ਚੜ ਗਿਆ ਮੁਖਾ। ਚਾਵਾ ਮੁਖਿਆ, ਹੁਣ ਆਜ ਖੁੱਲਾ ਪੇੜ ਹੈ ਤੇਰੇ ਕੋਲੋਂ, ਅੱਜ ਆਪਣੇ ਫੰਕਸ਼ਨ ਵੀ ਚੈੱਕ ਕਰਾ ਤੇ ਘੋੜੀ ਦਾ ਵੀ ਖਾ ਲਾਲ। ਸੱਟ ਕੇ ਲਿਆ, ਸੱਟ ਕੇ ਛੇਤੀ ਕਰੀ ਜਰਾ। ਜਿੰਦੀ ਰਾਓ
ਖੈਰ ਆ ਬਈ ਆਵਣ ਦੇ ਆਵਣ ਦੇ ਇੱਕ ਵਾਰੀ ਆਵਣ ਦੇ ਹੁਣ ਜਾ ਚੀਕੀ ਸਕੇ ਬਸ ਕਰ ਜਾ ਜਾ ਰਹੀ ਆ ਬਸ ਡੱਕਦੇ ਆ ਡੱਕਦੇ ਮੁਖਿਆ ਡੱਕਦੇ ਹੈ ਬੰਬ ਗੱਡੀ ਤੇ ਆ ਕੇ ਡਰਾਈਵਰ ਹੈ ਸਗੀਰ ਖਾਨ ਗੋਲੀ ਮੁਕਾਬਲੇ ਵਾਲੀ ਗੋਲੀ ਹੈ ਹਾਂਜੀ ਦੋਸਤੋ ਮਾਸ਼ਾਅੱਲਾ ਘੋੜੀ ਅਸੀਲ ਸ਼ਰੀਫ ਵੀ ਆ ਜੇ ਬੱਚੇ ਚੜ੍ਹਨ ਵੱਡੇ ਚੜ੍ਹਨ ਉਮਰ ਦੁਆ ਚਾਰ ਲੱਖ ਹੈ ਸਗੀਰ ਖਾਨ ਵੇਖ ਲਾ ਬਸ ਪੁੱਤਰੀ ਚਾਰ ਲੱਗੀ ਹੋਈ ਸਗੀਰ ਰੰਗ ਰੰਗ ਉਸਕੀ ਕੁੱਲੇ ਇਹ ਮੇਰੀ ਸਮਝ ਇਹ ਤਾਂ ਹੈ ਇਹ ਵੀ ਜੇ ਮੈਚਿੰਗ ਸਗੀਰ ਖਾਨ ਪਿਛਲੇ ਦੋ ਪੈਰ ਮੋਛਨੇ ਦੋਤੇ ਜਾਦਾ ਵੀ ਸਫੈਦ ਪੁੱਛੋ ਵੀ ਸਫੈਦ ਇਹਨੂੰ ਬੋਸ ਕੀ ਕੁੱਲਾ ਅਸੀਂ ਆਨੇ ਹਾਂ ਹਾਂ ਇਹ ਗੋੜੀ ਜਨਾਬ ਸਗੀਰ ਖਾਨ ਬੋਸ ਕੀ ਕੁੱਲੀ ਹੈ ਬੋਸ ਕੀ ਕੁੱਲੀ 63 ਇੰਚ ਪੂਰਾ ਕਾਹਦੇ ਗੋਲੀ ਦਾ ਸਗੀਰ ਖਾਨ ਸੀਨਾ ਵੀ ਖਵਾ ਪੁੱਠਾ ਵੀ ਖਵਾ ਸੁੰਭ ਗਮਚੀ ਸਾਰਾ ਗੋਲੀ ਦਾ ਵੀ ਖਵਾ ਇਹ ਗੋੜਿਆਂ ਦੀ ਕੱਕਿਆਂ ਦੀ ਨਸਲ ਪਾਉਂਦੀ ਇਹਨੂੰ ਸਗੀਰ ਖਾਨ ਹਾਂ ਇਹ ਮਸਤਾਨੀਆਂ ਗੋੜੀਆਂ ਚੂਹੇ ਹਾਂ ਆਦੇ ਤੀਰ ਵਾਲਿਆਂ ਦੇ ਗੋੜਾ ਜਿਹੜਾ ਇਹਨਾਂ ਉਹ ਕੱਕਿਆਂ ਦੀ ਨਸਲ ਹੈ ਹਾਂ ਨਹੀਂ ਗੋੜੀ ਖਾਲੀ ਹੈ ਜਿਹਨੂੰ ਕੋਈ ਨੀ ਗੋੜਾ ਹੀ ਕੋਈ ਨੀ ਮਿਲਾਇਆ ਉਹਨਾਂ ਨੂੰ ਸ਼ੌਕ ਆਈ ਸਗੀਰ ਖਾਨ ਮੇਲੇ ਤੋਰਨ ਦੀ ਗੋੜੀ ਦੇ ਟੋਰੇ ਤੋਂ ਸਗੀਰ ਖਾਨ ਆਪ ਦੇਖਿਆ ਬਹੁ ਢੇਰ ਵੱਡਾ ਟੋਰ ਹੈ ਸਗੀਰ ਖਾਨ ਮੇਰੀ ਸਮਝ ਆਈ ਤਾਂ ਆਪਣੇ ਤੂੰ ਇਮਾਨ ਨਾਲ ਤੋਲ ਕੇ ਦੱਸ ਛੱਡ ਪਈ ਇੱਥੇ ਟੋਰੇ ਵਾਲੀ ਗੋੜੀ ਦੀ ਕੋਈ ਵੀਡੀਓ ਟੋਰੇ ਵਾਲੀ ਦੀ ਉਹ ਤਾਂ ਬਹੁਤ ਚੰਗੀਆਂ ਚੰਗੀਆਂ ਵੀਡੀਓ ਤੋਂ ਬਣਾਈ ਜਿਤਨਾ ਗੋੜੀ ਕੋਲ ਕਰਦੇ ਨਾ ਸਗੀਰ ਖਾਨ ਉਸ ਤੋਂ ਵੱਡਾ ਟੋਰ ਹੈ ਗੋੜੀ ਔਰ ਅਸੀਲ ਸ਼ਰੀਫ ਔਰ ਵੱਡੀ ਗੱਲ ਇਹ ਕਿ ਬੁਸ ਕੀ ਕੁੱਲੀ ਕਲਰ ਵੀ ਬੜਾ ਪਿਆਰਾ ਚਮਕ ਵਾਲਾ ਕਲਰ ਹੈ ਡੇਰੇਦਾਰ ਗੋੜੀ ਹੈ ਸਗੀਰ ਖਾਨ ਡੇਰੇ ਤੇ ਹੀ ਖੱਲੀ ਹੋਵੇ ਨਾ ਜੇ ਬਿਨਾਹ ਦੇ ਕੋਲ ਖੱਲੀ ਹੋਈ ਉਹਨੂੰ ਸ਼ੌਕ ਤਾਂ ਇੱਕ ਵਾਰੀ ਮਜ਼ਾ ਅਸੀਂ ਚਾਰ ਉਹਦੇ ਲੱਗਦੇ ਚਾਰ ਸ਼ਰੀਕ ਵੀ ਵੇਖ ਕੇ ਆਖ ਸਿੰਘ ਬਈ ਜਾਨਵਰ ਲੈਂਦਾ ਡਿਮਾਂਡ ਮੈਂ ਸਗੀਰ ਖਾਨ ਦੀ 10 ਲੱਖ ਜੀ ਹਾਂ ਸਗੀਰ ਖਾਨ ਗੋੜੀ ਦਾ ਸੀਨਾ ਵੇਖ ਪੁੱਠਾ ਵੇਖ ਗਰਦਨ ਜਾਂਦਾ ਸੱਜੇ ਪਾਸੇ ਸੌਂਬ ਗੋੜੀ ਦਾ ਵੇਖ ਥਾਲੀ ਵਾਲਾ ਸੌਂਬ ਹੈ ਗੋੜੀ ਦੀ ਆਖ ਸਗੀਰ ਖਾਨ ਵੇਖੇ ਨਾ ਅਸੀਂ ਮਲੂਮ ਆਉਂਦੀ ਹੈ ਮੇਰੇ ਵੱਲ ਗੁੜੀਆਂ ਵੇਚਦੀ ਪਈ ਹੈ ਹਾਂਜੀ ਦੋਸਤੋ ਅਸਾਂ ਦਾਦਾ ਦੀ ਸਾਵੀ ਗੋੜੀ ਇਹਦੀ ਡਿਟੇਲ ਲੈਂਦੇ ਹਾਂ ਤੁਹਾਡੇ ਨਾਲ ਸ਼ੇਅਰ ਕਰਨੇ ਹਾਂ ਸਾਰੀ ਮੋੜਨਾ ਹਾਂਜੀ ਦੋਸਤੋ ਗੋੜੀ ਨੂੰ ਨਜ਼ਰ ਮਾਰ ਲਓ ਕੰਨ ਕਨੌਤੀ ਅੱਖਾਂ ਸੀਨਾ ਸੌਂਬ ਗਮਚੀ
ਜੋੜ ਮੁੱਠੇ ਸਾਰਾ ਕਰਦੇ ਕੀ ਹੈ ਅੱਛਾ ਚੜਾਓ ਬੰਦਾ ਚੜਾਓ ਬੰਦਾ ਚੜ ਜਾਓ ਜੀ ਗੋੜੀ ਗੋੜੀ ਜੀ ਚੜੀ ਚੈੱਕ ਕਰ ਲਓ ਇਹਦੀ ਡਿਟੇਲ ਤੁਹਾਡੇ ਨਾਲ ਬਾਅਦ ਸ਼ੇਅਰ ਕਰਨੇ ਆ ਖੈਰ ਆ ਵੀ ਕੌੜੀ ਲੈ ਜਾ ਲੈ ਜਾ ਲੈ ਜਾ ਲੈ ਜਾ ਇਹਨੂੰ ਅੱਛਾ ਅੱਜ ਅਸਾਂ ਮੇਨ ਰੋਡ ਤੋਂ ਨਿਕਲੇ ਆ ਕੱਚੀ ਤੇ ਇੱਥੇ ਵੀ ਹੋਈ ਹਾਲਾਤ ਇਹ ਜਿਹੜਾ ਕੜਾ ਬਣਿਆ ਖਲਾ ਇਹਨਾਂ ਦਾ ਅੱਛਾ ਕੀ ਆ ਮੁਸਤਕਬਲ ਦੇ ਵਪਾਰੀਆਂ ਨੇ ਸਾਰੇ ਤੂੰ ਵਾਲ ਸਿੱਖਦੇ ਪਏ ਟ੍ਰੇਨਿੰਗ ਜਾ ਰਹੀ ਹੈ ਇਹਨਾਂ ਦੀ ਵੀ ਹਾਂਜੀ ਸ਼ਾਵਾ ਮੁੱਖਿਆ ਹੁਣ ਹਿੰਮਤ ਕਰਦੇ ਫਿਰ ਖੈਰ ਵੀ ਮੁੱਖਿਆ ਇਹ ਤਾਂ ਹੁਣ ਯਾਦ ਬਣੀ ਹਾਂਜੀ ਦੋਸਤੋ ਘੋੜੀ ਦਾ ਕਦ ਕਰ ਲੈਂਦੇ ਹਾਂ ਇਹਦੀ ਡਿਟੇਲ ਲੈਂਦੇ ਹਾਂ ਪੈਰ ਨਾਲ ਲਾਣਾ ਇੱਥੇ ਪੈਰ ਲਾ ਦੇ ਨਾਲ ਸ਼ੁਰੂ ਪੰਜ ਦੇ ਵਿਚ ਤੇ ਪੱਕੇ ਪੰਜ ਦੇ ਵਿਚ ਸਾਲ ਕਿਤਨੇ ਗਿਣੇ ਜਾ ਗੋੜੀ ਦੀ ਕਨੌਤੀ ਵੀ ਖਾ ਜਾਂਦਾ ਸੱਜੇ ਪਾਸੇ ਸਗੀਰ ਖਾਨ ਬਸ ਹੱਥਾਂ ਪੈਰਾਂ ਦੀ ਬਿਲਕੁਲ ਸਾਫ਼ ਹੈ ਸਗੀਰ ਚੜੀ ਦੀ ਵੀ ਸਾਫ਼ ਸੁਥਰੀ ਅਸੀਲ ਸੋ ਸਗੀਰ ਖਾਨ ਹਾਂ ਖਾਲੀ ਕਰਕੇ ਅਗਲਿਆਂ ਦੀ ਕਿਸਮਤ ਗੱਬਾਂ ਨੂੰ ਬਸ ਬਸ ਇਹ ਗੋੜੀ ਜਿਹੜਾ ਦੇਸਾਂ ਦਾ ਰਾਜ ਹੈ ਨਾ ਪੀਰ ਫੈਸਲ ਕੋਲ ਖੱਲਾ ਹਾਂ ਉਹਦੀ ਧੀ ਹੈ ਜੀ ਕਨੌਤੀ ਗੋੜੀ ਦੀ ਡਿਮਾਂਡ ਮੈਂ ਸਗੀਰ ਖਾਨ ਦੀ 5 ਲੱਖ ਕਰਦਾ ਜੀ
ਰਹਿਤ ਮੰਡ ਕੇ ਕਰੀ ਦੀ ਹੋਈ ਸ਼ਗੀਰ ਖਾਨ ਨੇ, ਤੈਨੂੰ ਤਸੱਲੀ ਹੋਈ। ਹਾਂ ਗੋੜੀ ਪੂਰੀ ਸ਼ੌਕ ਵਾਲੀ ਸ਼ਗੀਰ, ਹਾਂ ਚੜੀ ਛੜੀ ਦੀ ਸਾਫ਼ ਸੁਥਰੀ ਹੈ। ਇੱਥੇ ਮੁੜ ਸੜਾ ਕੇ ਤੇ ਬਾਲ ਬੂਲ ਹੀ ਹੈ, ਉਹ ਜੇ ਸਾਡਾ ਹਸ ਡੋਸ ਤੇ ਇਲਾਜ ਹੋਈ ਸੋਹਣਾ ਕਰੇ, ਚੜੀ ਛੜੀ ਦੀ ਸਾਫ਼ ਸੁਥਰੀ ਚੰਗੀ ਹੈ, ਬਣ ਛਾਣ ਕੇ ਜਿਹੜਾ ਚਾਲ ਚੂਲ ਚੰਗਾ ਕਰਦੀ ਹੈ ਤੇ ਛੁਤਰਾ ਛੁਤਰਾ ਵੀ ਚੱਲਦੀ ਹੈ। ਹਾਂਜੀ ਦੋਸਤੋ, ਗੋੜੀਆਂ ਤੁਸੀਂ ਦੋਵੇਂ ਵੇਖ ਲਈਆਂ, ਡਿਟੇਲਾਂ ਸਾਰੀਆਂ ਸ਼ੇਅਰ ਹੋ ਗਈਆਂ। ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਇਹਦੇ ਨਾਲ ਆਪਣੇ ਵੀਰ ਸਗੀਰ ਅਬਾਸ ਦਿਓ ਇਜਾਜ਼ਤ, ਰੱਬ